ਨੇਕੀ ਸਾਹਿਬ ਦੇ ਜੀਵਨ ਬਾਰੇ ਮੈਂ ਪੜ੍ਹ ਰਿਹਾ ਸੀ। ਡਾਕਟਰ ਜਸਵੰਤ ਸਿੰਘ ਨੇਕੀ ਸਾਹਿਬ, ਜਦੋਂ ਐਸੀਆਂ ਰੂਹਾਂ ਨੂੰ ਪੜ੍ਹਦੇ ਹਾਂ ਸ਼ਰਧਾ ਨਾਲ ਸਿਰ ਝੁੱਕ ਜਾਂਦਾ ਜੀ। ਅਸਲ 'ਚ ਉਹ ਸਾਡੀ ਕੌਮ ਦੇ ਮਹਾਂਪੁਰਖ ਸਨ, ਅੱਜ ਵੀ ਨੇ, ਪਰ ਅਸੀਂ ਤਾਂ ਕੱਪੜੇ ਵੇਖ ਕੇ ਕਦਰ ਕਰਦੇ ਹਾਂ ਨਾ ਜੀ, ਕਿ ਮੇਰੇ ਕੁੜਤੇ ਦਾ ਸਾਈਜ਼ ਕਿੰਨਾ ਕੁ ਨੀਵਾਂ, ਫਿਰ ਤਾਂ ਮੈਨੂੰ ਤੁਸੀਂ ਹੱਥ ਜੋੜ ਕੇ ਬੁਲਾਓਗੇ, ਅਤੇ ਜੇ ਕੋਈ ਕਲਮ ਦਾ ਧਨੀ ਆ ਗਿਆ ਸ਼ਾਇਦ ਅਸੀਂ ਉਹਨੂੰ ਅੱਖੋਂ ਪਰੋਖੇ ਕਰ ਦਈਏ। ਗਰੀਬ ਹੋ ਜਾਏਗੀ ਕੌਮ ਜੇ ਕਲਮ ਦੀ ਕਦਰ ਨਾ ਕੀਤੀ, ਸਾਧ ਸੰਗਤ ਬਹੁਤ ਗਰੀਬ ਹੋ ਜਾਵੇਗੀ। ਨੇਕੀ ਸਾਹਿਬ ਨੇ ਇੱਕ ਗੱਲ ਲਿਖੀ, ਉਹਨਾਂ ਦੀ ਇੱਕ ਪੁਸਤਕ ਹੈ ਛੋਟੀ ਜੀ, ਅਸਲ ਵਿੱਦਿਆ। ਮੈਂ ਮਾਵਾਂ ਭੈਣਾਂ ਨੂੰ ਬੇਨਤੀ ਕਰਾਂਗਾ, ਵੈਸੇ ਪਿੰਗਲਵਾੜਾ ਨੇ ਫ੍ਰੀ ਛਾਪੀ ਹੋਈ ਹੈ, ਜੇ ਤੁਹਾਨੂੰ ਮੌਕਾ ਮਿਲੇ ਜ਼ਰੂਰ ਲਿਆ ਕੇ ਆਪਣੇ ਬੱਚਿਆਂ ਨੂੰ ਵੀ ਪੜ੍ਹਾਇਓ। ਛੋਟੀਆਂ ਛੋਟੀਆਂ ਗੱਲਾਂ ਨੇ ਉਹਦੇ 'ਚ, ਬੜੀ ਸ਼ਰਧਾ ਪੈਦਾ ਕਰਨਗੀਆਂ, ਸੋਝੀ ਵੀ ਦੇਣਗੀਆਂ। ਉਹਦੇ ਅੰਦਰ ਨੇਕੀ ਸਾਹਿਬ ਨੇ ਇੱਕ ਜ਼ਿਕਰ ਕੀਤਾ, ਕਹਿਣ ਲੱਗੇ ਮੇਰੇ ਦਾਦਾ ਜੀ ਇੱਕ ਦਿਨ ਪੁੱਛਣ ਲੱਗੇ ਵੀ ਜਸਵੰਤ ਸਿੰਘ ਰੂਟੀਨ ਕੀ ਹੈ ਤੇਰੀ, ਸ਼ਾਮ ਦਾ ਵੇਲਾ ਸੀ। ਨੇਕੀ ਸਾਹਿਬ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਰਹਿਰਾ ਸਾਹਿਬ ਦਾ ਪਾਠ ਕਰਦਾ, ਫਿਰ ਅੱਖਾਂ ਮੀਟ ਕੇ ਅਤੇ ਚੇਤੇ ਕਰਦਾ ਵੀ ਮੇਰਾ ਹੋਮਵਰਕ ਕੋਈ ਰਹਿ ਤਾਂ ਨਹੀਂ ਗਿਆ। ਭਲਾ ਆਪਾਂ ਵੀ ਕਰਦੇ ਹੁੰਦੇ ਸੀ ਨਾ ਸਾਰੇ, ਵੀ ਆਹ ਵੀ ਕਰ ਲਿਆ, ਆਹ ਵੀ ਕਰ ਲਿਆ, ਆਹ ਵੀ ਕਰ ਲਿਆ। ਫਿਰ ਉੱਧਰੋਂ ਜਦੋਂ ਨਿਸ਼ਚਿੰਤ ਹੋ ਜਾ ਆਪਣੇ ਹੋਮਵਰਕ ਤੋਂ, ਅਤੇ ਫਿਰ ਸੋਹਲੇ ਦਾ ਪਾਠ ਕਰਕੇ ਸੌਂ ਜਾਂਦਾ। ਅਤੇ ਉਹ ਕਹਿੰਦੇ ਨਾ 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 ਜਸਵੰਤ ਸਿੰਘ ਇੱਦਾਂ ਨਹੀਂ, ਤੂੰ ਅੱਖਾਂ ਮੀਟ ਕੇ ਹੋਮਵਰਕ ਚੇਤੇ ਕਰ। ਇਹਦੀ ਆਵਾਜ਼ ਘੱਟ ਕਰ ਦਿਓ ਵੀ ਜੀ, ਅੰਦਰ ਸੁਣਾਈ ਦੇ, ਮੈਂ ਬਹੁਤੀ ਲੋੜ ਨਹੀਂ ਬਹੁਤੀ ਉੱਚੀ ਦੀ, ਥੱਲੇ ਕਰੋ ਮਿੱਠੀ ਮਿੱਠੀ ਜੀ। ਕਹਿੰਦੇ ਲੋੜ ਨਹੀਂ, ਇੱਥੇ ਖਿਮਾ ਕਰਿਓ, ਸਾਰੇ ਪਿਆਰ 'ਚ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਲੱਗੇ ਜਸਵੰਤ ਸਿੰਘ ਤੂੰ ਹੋਮਵਰਕ ਵੱਲ ਜ਼ਰੂਰ ਰੁਚੀ ਦੇ, ਪਰ ਸਾਰਾ ਕੁਝ ਆਪਣਾ ਸਕੂਲੀ ਵਰਕ ਕਰਨ ਤੋਂ ਬਾਅਦ ਭਾਵੇਂ 15 ਮਿੰਟ ਕਿਸੇ ਵੀ ਕਿਤਾਬ ਨੂੰ ਪੜ੍ਹ, ਘਰ ਦੇ ਅੰਦਰ ਗੁਰਮਤਿ ਦੀਆਂ ਕਿਤਾਬਾਂ ਨੇ, ਭਾਵੇਂ ਕਿਸੇ ਵੀ ਲਿਖਾਰੀ ਨੂੰ ਪੜ੍ਹ, ਨੇਮ ਬਣਾ ਕਿ ਆਪਣੇ ਹੋਮਵਰਕ ਤੋਂ ਇਲਾਵਾ 15 ਮਿੰਟ ਜ਼ਰੂਰ ਪੜ੍ਹਨਾ। ਉਦੋਂ 5ਵੀਂ 6ਵੀਂ 'ਚ ਪੜ੍ਹਦੇ ਸੀ ਨੇਕੀ ਸਾਹਿਬ। ਕਹਿੰਦੇ ਮੈਂ ਉਸ ਦਿਨ ਤੋਂ ਪੜ੍ਹਨਾ ਸ਼ੁਰੂ ਕੀਤਾ, ਹੋਮਵਰਕ ਕਰਦੇ ਕਰਦੇ ਉਹ WHO ਤੱਕ ਪਹੁੰਚੇ, ਵਰਲਡ ਹੈਲਥ ਔਰਗੇਨਾਈਜੇਸ਼ਨ ਤੱਕ। ਐਡੇ ਕਾਬਲ ਡਾਕਟਰ ਬਣੇ ਉਹ ਮੈਡੀਕਲ ਲਾਈਨ ਦੇ ਅੰਦਰ, ਡਾਕਟਰ ਉਹ ਮੈਡੀਕਲ ਲਾਈਨ ਦੇ ਸਨ, ਪਰ ਉਹ ਜਿਹੜਾ 15 ਮਿੰਟ ਵਾਲੀ ਚੇਤਕ ਸੀ ਨਾ ਜੀ, ਉਹਨੇ ਕੌਮ ਦੇ ਐਡੇ ਵੱਡੇ ਦਾਰਸ਼ਨਿਕ ਬਣਾਇਆ ਉਹਨਾਂ ਨੂੰ, ਕਿ ਉਹਨਾਂ ਨੇ ਕੌਮ ਦੀ ਝੋਲੀ ਵਿੱਚ ਬਹੁਤ ਵੱਡਾ ਖਜ਼ਾਨਾ ਪਾਇਆ। ਮੈਂ ਕਹਿੰਦਾ ਇਕੱਲੀ ਅਰਦਾਸ ਹੀ ਪੜ੍ਹ ਲਈਏ, ਕਬਾੜ ਖੁੱਲ੍ਹ ਜਾਣਗੇ ਸਾਡੇ। ਕਾਰਨ ਕੀ ਹੈ? ਰੁਚੀ ਨਹੀਂ ਪੈਦਾ ਕਰ ਰਿਹਾ ਕੋਈ, ਆਊਟਪੁੱਟ ਨਹੀਂ। ਲਾਇਬ੍ਰੇਰੀਆਂ ਬਣੀਆਂ ਨੇ ਜੀ, ਮੈਂ ਬੇਨਤੀ ਕਰਾਂਗਾ ਜਿਹੜੇ ਵੀਰ ਇੱਥੇ ਪ੍ਰਬੰਧਕ ਹੋਣਗੇ ਲਾਇਬ੍ਰੇਰੀਆਂ ਦੇ, ਜਿਹੜੀ ਕਿਤਾਬ ਇਸ਼ੂ ਕਰਦੇ ਹੋ ਨਾ ਜੀ, ਉਹਦੇ 'ਤੇ ਜਿਹੜਾ ਵੀ ਲੈ ਕੇ ਜਾਂਦਾ ਉਹਦੇ ਇੱਕ ਇੱਕ ਕੋਈ ਗਰੁੱਪ ਬਣਾਓ, ਉਹਦੇ 'ਤੇ ਡਿਸਕਸ ਕਰੋ ਵੀ ਤੂੰ ਇਹਨੂੰ ਕਿਸ ਐਂਗਲ ਤੋਂ ਪੜ੍ਹਿਆ। ਇੱਕ ਤਾਂ ਨਾਲੇ ਪਤਾ ਲੱਗ ਜਾਏਗਾ ਵੀ ਕਿਤਾਬ ਇਕੱਲੀ ਲੈ ਕੇ ਤਾਂ ਨਹੀਂ ਗਿਆ, ਦੂਸਰਾ ਉਹਨੂੰ ਰਿੜਕਿਆਂ ਉਹਦੇ ਵਿੱਚੋਂ ਬਹੁਤ ਕੁਝ ਨਿਕਲੇਗਾ। ਕੁਛ ਇੱਦਾਂ ਦਾ ਉੱਦਮ ਕਰੀਏ। ਸੋ ਇਹ ਵੀ ਇੱਕ ਸੰਗਤ ਹੈ ਜੀ। ਗੁਰੂ ਸਾਹਿਬ ਜੀ ਨੇ ਦੂਜੇ ਧਰਮਾਂ ਦੇ ਗ੍ਰੰਥਾਂ ਦੇ ਉਲੱਥੇ ਕਰਵਾਏ, ਆਖਿਰ ਕੀ ਲੋੜ ਸੀ ਉਹਨਾਂ ਨੂੰ? ਬਹੁਤ ਕੁਝ ਸਿੱਖਿਆ ਜਾ ਸਕਦਾ, ਬਹੁਤ ਕੁਝ ਤਜ਼ਰਬਿਆਂ ਵਿੱਚੋਂ।